सुख जीवन बूंद विहूना
छात्र को क्यों कर तृप्तावे। कबीर जी दे श्लोकां विचों दो श्लोक बड़े जरूरी विचार लई आ गए। जे ना विचारे तां गुमराह हो सकने हैं और हो रहे हैं। दो चीजां नूं आमो सामने रख के विचारना बकायदा बादलील ढंग नाल विचारना ए श्री गुरु ग्रंथ साहिब दे हिस्से आ दुनिया अंदर अंधेरा ते चानण दो ने। नेकी ते बदी दो ने। पाप ते पुण दो ने। अमृत ते जहर दो ने। दोहां नूं विचारना ते बहुत जरूरी है। नहीं तो मत किते ए ना होवे अमृत कौड़ा विखिया मीठी। एथे दो नाल साडे सामने आए ने। दोनों ही पैदा किते हुए ने। गुरु ने बाणी विच आखिया कहिंदे ने फार्मेसी तो
ਕੋਈ ਤੁਹਾਡੇ ਸਾਹਮਣੇ ਜ਼ਹਿਰ ਖਰੀਦ ਰਿਹਾ ਹੋਵੇ ਇਹ ਆਖ ਕੇ ਕਿ ਮੈਨੂੰ ਜ਼ਹਿਰ ਚਾਹੀਦੀ ਵਿਕ ਚਾਹੀਦੀ ਤੁਹਾਨੂੰ ਪੁੱਛਣ ਦੀ ਲੋੜ ਹੀ ਨਹੀਂ ਵੀ ਤੂੰ ਕਿਉਂ ਜ਼ਹਿਰ ਖਰੀਦ ਰਿਹਾ ਇਹ ਕੋਈ ਮੌਤ ਦਾ ਵਪਾਰੀ ਆਪਣੇ ਲਈ ਜਾਂ ਕਿਸੇ ਲਈ ਮੌਤ ਚਾਹੁੰਦਾ ਤਾਂ ਹੀ ਜ਼ਹਿਰ ਖਰੀਦ ਰਿਹਾ ਕਿਉਂਕਿ ਜ਼ਹਿਰ ਨੇ ਵਿਖ ਨੇ ਤਾਂ ਮੌਤ ਹੀ ਦੇਣੀ ਹੈ ਗੁਰੂ ਨੇ ਬਾਣੀ ਚ ਹਰ ਗੱਲ ਦਾ ਜਵਾਬ ਦਿੱਤਾ ਕਹਿੰਦੇ ਨੇ ਮੋਹਰਾ ਹੋਵੇ ਹੱਥ ਮੋਹਰਾ ਦਾ ਮਤਲਬ ਵੀ ਜ਼ਹਿਰ ਜ਼ਹਿਰ ਨੂੰ ਮੋਹਰਾ ਵੀ ਆਖਦੇ ਸਨ ਜੇ ਕਿਸੇ ਦੇ ਹੱਥ ਵਿੱਚ ਮੋਹਰਾ ਹੋਵੇ ਤੇ ਉਹਨੂੰ ਆਖੇ ਮੈਂ ਚੱਖਣਾ ਚਾਹੁੰਦਾ ਕਿਹੋ ਜਿਹਾ ਹੁੰਦਾ ਤੇ ਗੁਰੂ ਕਹਿੰਦੇ ਨੇ ਭਰਿਆ ਜੇ ਚੱਖ ਲਿਓ ਜੀ ਤੇ ਕਿਸੇ ਨੂੰ ਦੱਸ ਸਕੇਗਾ ਕਿਹੋ ਜਿਹਾ ਹੁੰਦਾ ਉਹ ਮੋਹਰਾ ਕਾਹਦਾ ਹੋਇਆ ਜਿਹਨੇ ਤੈਨੂੰ ਦੱਸਣ ਜੋਗਾ ਹੀ ਛੱਡ ਦਿੱਤਾ ਮਾਤਾ ਮਰਨ ਤੋਂ ਬਾਅਦ ਕਿਸੇ ਨੂੰ ਦੱਸ ਵੀ ਨਹੀਂ ਸਕੇਗਾ ਇਹਦਾ ਟੇਸਟ ਕੀ ਸੀ ਗੁਰੂ ਨੇ ਬਾਣੀ ਵਿੱਚ ਆਖਿਆ ਕਹਿੰਦੇ ਨੇ ਮੋਹਰਾ ਹੋਵੇ ਹੱਥ ਮਰੀਏ ਚੱਖੀਏ ਕਿਉਂਕਿ ਮੋਹਰ ਵਿੱਚ ਮੋਹਰੇ ਵਿੱਚ ਜ਼ਹਿਰ ਵਿੱਚ ਮੌਤ ਹੈ ਅੰਮ੍ਰਿਤ ਵਿੱਚ ਜੀਵਨ ਹੈ ਇਹ ਵੀ ਗੱਲ ਗੁਰੂ ਨੇ ਆਖ ਦਿੱਤੀ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਹਦੇ ਵਿੱਚ ਜੀਵਨ ਹੈ ਅਮਰ ਹੋ ਜਾਂਦਾ ਹੈ ਉਹਦੇ ਵਿੱਚ ਮੌਤ ਹੈ ਪਰ ਕਿਹੜੀ ਅਜੀਬ ਗੱਲ ਹੈ ਜ਼ਹਿਰ ਤੇ ਅੰਮ੍ਰਿਤ ਦੋਨੋਂ ਚੀਜ਼ਾਂ ਇੱਕੋ ਹੀ ਦਰਖਤ ਨਾਲ ਲੱਗੀਆਂ ਹੋਈਆਂ ਨੇ ਉਹ ਸੰਸਾਰ ਦਾ ਪੇੜ ਦਰਖਤ ਇੱਕੋ ਹੀ ਹੈ ਫੈਸਲਾ ਬਾਣੀ ਦਾ ਮੈਨੂੰ ਸੁਭਾਅ ਵਿਚਾਰ ਦਿੰਦਾ ਗੁਰੂ ਕਹਿੰਦੇ ਨੇ ਦਰਖਤ ਨਾਲ ਦੋਨੋਂ ਹੀ ਫਲ ਨੇ ਦੋਨੋਂ ਫਲ ਹੋਣ ਦੇ ਹੋਣੇ ਜਿਹੜੇ ਨੇ ਇਹ ਇਸ ਗੱਲ ਦੇ ਮੁਹਤਾਜ ਨੇ ਕਿ ਤੁਹਾਨੂੰ ਪਰਖਣਾ ਪਏਗਾ ਪਤਾ ਹੋਣਾ ਚਾਹੀਦਾ ਪਛਾਣ ਹੋਣੀ ਚਾਹੀਦੀ ਕਿਤੇ ਅੰਮ੍ਰਿਤ ਦੇ ਭੁਲੇਖੇ ਜ਼ਹਿਰ ਨਾ ਖਾ ਲਵੇ ਪਛਾਣ ਹੋਣੀ ਚਾਹੀਦੀ ਲਓ ਬਾਬਾ ਕਬੀਰ ਜੀ ਦੇ ਇਹ ਦੋ ਸਲੋਕ ਉਹਨਾਂ ਦੋਹਾਂ ਦੀ ਪਛਾਣ ਕਰਾ ਰਹੇ ਨੇ ਇੱਕ ਦਾ ਨਾਂ ਸੰਤ ਰੱਖ ਲਿਆ ਨੇ ਦੂਜੇ ਦਾ ਨਾਂ ਸਾਕਤ ਰੱਖ ਲਿਆ ਨੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂਕਿ ਹਰ ਗੱਲ ਨੂੰ ਸਾਨੂੰ ਵਿਚਾਰਨਾ ਬਹੁਤ ਜ਼ਰੂਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਤ ਸ਼ਬਦ ਦੀ ਬੜੀ ਸਿਫਤ ਹੈ ਬੜੀ ਸੀ ਅਨੇਕਾਂ ਥਾਵਾਂ ਅਨੇਕਾਂ ਸ਼ਬਦਾਂ ਪਰ ਇੱਕ ਸਾਡੀ ਕਮਜ਼ੋਰੀ ਹੈ ਉਹ ਇਹ ਕਮਜ਼ੋਰੀ ਹੈ ਕਿ ਅਸੀਂ ਗੁੰਮਰਾਹ ਬੜੀ ਛੇਤੀ ਹੋਣੇ ਹਾਂ ਅਸੀਂ ਗੁੰਮਰਾਹ ਬੜੀ ਛੇਤੀ ਹੋਣੇ ਹਾਂ ਅਸੀਂ ਸ਼ਬਦ ਨੂੰ ਵਿਚਾਰਦੇ ਨੇ ਗੁਰੂ ਨੇ ਬਾਣੀ ਅੰਦਰ ਸ਼ਬਦ ਦੀ ਵਿਚਾਰ ਦਾ ਜ਼ਿਕਰ ਕਿਉਂ ਕੀਤਾ ਸ਼ਬਦ ਦਾ ਮਤਲਬ ਇਹ ਨਹੀਂ ਹਰ ਲਫ਼ਜ਼ ਨੂੰ ਸ਼ਬਦ ਆਖਿਆ ਜਾਂਦਾ ਹੈ ਵਿਚਾਰ ਦਾ ਮੁਤਾਬਕ ਅਸੀਂ ਅਕਾਲ ਸ਼ਬਦ ਸਾਨੂੰ ਬੜਾ ਚੰਗਾ ਲੱਗਾ ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਕਿਉਂਕਿ ਉਹਦਾ ਮਤਲਬ ਹੈ ਕਾਲ ਤੋਂ ਹੈ ਮੌਤ ਤੋਂ ਹੈ ਮੌਤ ਤੋਂ ਮਨੁੱਖ ਡਰਦਾ
ਸ਼ਬਦ ਇਸ ਨੂੰ ਬਣਾ ਇਸ ਦੇ ਲਈ ਇਹਨੇ ਰੱਬ ਨੂੰ ਵੀ ਅਕਾਲ ਆਖਿਆ ਕਿ ਉਹ ਮਰਦਾ ਨਹੀਂ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੱਲ ਤਾਂ ਠੀਕ ਸੀ ਮਨੁੱਖ ਨੂੰ ਜੀਵਨ ਨਾਲ ਪਿਆਰ ਹੋਣਾ ਚਾਹੀਦਾ ਹਾਂ ਤਰਕੀਬ ਉਹ ਜੀ ਹਰ ਵਕਤ ਜੀਵਨ ਪ੍ਰਤੀ ਸੋਚਣਾ ਵੀ ਅਸੀਂ ਕਿਵੇਂ ਜੀਵਨ ਨੂੰ ਪ੍ਰਾਪਤ ਕਰਨਾ ਗੁਰੂ ਨੇ ਪਾਣੀ ਅੰਦਰ ਇਹ ਵੀ ਆਖ ਦਿੱਤਾ ਜਗ ਮਰਨ ਨਾ ਭਾਇਆ ਸੰਸਾਰ ਨੂੰ ਮੌਤ ਚੰਗੀ ਨਹੀਂ ਲੱਗੀ ਨਿਤ ਆਪ ਲੁਕਾਇਆ ਹਮੇਸ਼ਾ ਆਪਣੇ ਆਪ ਨੂੰ ਮੌਤ ਤੋਂ ਛੁਪਾ ਛੁਪਾ ਨੇ ਰੱਖਿਆ ਇਹਨੂੰ ਇਸੇ ਲਈ ਅਕਾਲ ਸ਼ਬਦ ਬੜਾ ਚੰਗਾ ਲੱਗਾ ਸ਼ਬਦ ਮਾੜਾ ਨਹੀਂ ਰੱਬ ਨਾਲ ਜੋੜਿਆ ਬੜੀ ਚੰਗੀ ਗੱਲ ਸੀ ਕਿਉਂਕਿ ਰੱਬ ਮਰਦਾ ਨੇ ਉਹਦਾ ਅਫਸੋਸ ਕੋਈ ਨਹੀਂ ਕਰਦਾ ਚੰਗਾ ਸ਼ਬਦ ਸੀ ਪਰ ਅਜੀਬ ਗੱਲ ਹੈ ਚੰਗਾ ਸ਼ਬਦ ਜਿਹੜਾ ਹੈ ਉਹਦੀ ਕਹਿੰਦੀ ਉਹਦੀ ਨਜਾਇਜ਼ ਵਰਤੋਂ ਸ਼ੁਰੂ ਹੋ ਗਈ ਤੇ ਜਦੋਂ ਵਰਤੋਂ ਸ਼ੁਰੂ ਹੁੰਦੀ ਹੈ ਨਾ ਉਦੋਂ ਉਹਦੀ ਅਸਲੀਅਤ ਭੁੱਲ ਜਾਂਦੀ ਹੈ ਮਤਲਬ ਗੁੰਮਰਾਹ ਕਦਮ ਹੁੰਦਾ ਉਹਨਾਂ ਦਾ ਸ਼ਬਦ ਹੀ ਬਹੁਤ ਚੰਗਾ ਹੈ ਗੁਰੂ ਨੇ ਬਾਣੀ ਅੰਦਰ ਵੀ ਰੱਬ ਨੂੰ ਮੁਖਾਤਬ ਕਰਕੇ ਇੱਕ ਲਫ਼ਜ਼ ਕਹਿ ਰਹੇ ਅਕਾਲ ਪੁਰਖ ਨਾ ਹੀ ਸਿਰ ਖਾਲਾ ਹੇ ਅਕਾਲ ਪੁਰਖ ਤੂੰ ਅਕਾਲ ਹੈ ਤੇਰੇ ਸਿਰ ਤੇ ਕਾਲ ਕੋਈ ਨਹੀਂ ਮੌਤ ਨਹੀਂ ਹੋਊਗੀ ਬਾਕੀ ਦੁਨੀਆਂ ਜਿੰਨੀ ਹੈ ਉਹਨਾਂ ਦੇ ਸਿਰ ਤੇ ਮਿਰਤ ਹੱਸੇ ਸਿਰ ਉਪਰੇ ਪਸ਼ੂਆ ਨਹੀਂ ਬੂਝੇ ਮੌਤ ਆਉਂਦੀ ਤੂੰ ਅਕਾਲ ਪੁਰਖ ਨਾ ਹੀ ਸਿਰ ਖਾਲਾ ਤੂੰ ਅਕਾਲ ਪੁਰਖ ਹੈ ਗੱਲ ਗੱਲ ਠੀਕ ਹੈ ਪਰ ਅਕਾਲ ਸ਼ਬਦ ਚੰਗਾ ਲੱਗਾ ਤੂੰ ਇਹਦੀ ਵਰਤੋਂ ਨਜਾਇਜ਼ ਸ਼ੁਰੂ ਕਰ ਲਈ ਤੂੰ ਇੱਕ ਇਮਾਰਤ ਦਾ ਨਾਮ ਵੀ ਅਕਾਲ ਤਖ਼ਤ ਰੱਖ ਲਏ ਉਹ ਇਮਾਰਤ ਤਾਂ ਕਹਿੰਦੀ ਅਰ ਸਵਾਲ ਪੈਦਾ ਹੋਣ ਲੱਗ ਪੈਣਾ ਉਹਦਾ ਨਾਮ ਤੂੰ ਅਕਾਲ ਤਖ਼ਤ ਰੱਖ ਲਿਆ ਇੱਕ ਵਿਅਕਤੀ ਜਿਹੜਾ ਮਰਦਾ ਵੀ ਹੈ ਜਿਹਨੂੰ ਗੱਦੀ ਤੋਂ ਲਾਇਆ ਵੀ ਜਾ ਸਕਦਾ ਹੈ ਬਣਾਇਆ ਉਹਦਾ ਨਾਮ ਵੀ ਤੂੰ ਅਕਾਲ ਤਖ਼ਤ ਰੱਖ ਲਿਆ ਉਹ ਜਦੋਂ ਤੇਰੇ ਲਈ ਕੋਈ ਹੁਕਮਨਾਮਾ ਜਾਰੀ ਕਰਦਾ ਤੂੰ ਕਹਿੰਦਾ ਅਕਾਲ ਤਖ਼ਤ ਦਾ ਹੁਕਮ ਆ ਗਿਆ ਦੇਖੋ ਮਨੁੱਖ ਗੁੰਮਰਾਹ ਕਿਵੇਂ ਹੋ ਰਿਹਾ ਲਫ਼ਜ਼ ਅਕਾਲ ਮਾੜਾ ਨੇ ਇਹਨੂੰ ਉਹ ਹਰ ਇੱਕ ਚੀਜ਼ ਚੰਗੀ ਲੱਗੀ ਜਿਹਦੇ ਨਾਲ ਅਕਾਲ ਜੁੜਦਾ ਹੋਵੇ ਵਰਤੋਂ ਜਾ ਸ਼ੁਰੂ ਹੋ ਗਈ ਅੱਜ ਵਾਲੇ ਪਤਾ ਇਹੋ ਕਾਰਨ ਬਿਲਕੁਲ ਇਸੇ ਤਰ੍ਹਾਂ ਸੰਤ ਸ਼ਬਦ ਮਾੜਾ ਨੇ ਸੰਤ ਸ਼ਬਦ ਮਾੜਾ ਨੇ ਜਿਵੇਂ ਨੇ ਅਕਾਲ ਸ਼ਬਦ ਨਾ ਮਾੜਾ ਹੋਣ ਕਰਕੇ ਇਹਨੇ ਜਿੱਥੇ ਵੀ ਜੋੜਿਆ ਉੱਥੇ ਸੋਚਿਆ ਹੀ ਨਹੀਂ ਵੀ ਇਹ ਇਮਾਰਤ ਤਾਂ ਢਹਿ ਜਾਂਦੀ ਹੈ ਇਹਨੂੰ ਮੈਂ ਅਕਾਲ ਕਿਵੇਂ ਕਹਿਣਾ ਇਹ ਵਿਅਕਤੀ ਤਾਂ ਮਰ ਜਾਂਦਾ ਹੈ ਇਹਦਾ ਨਾਮ ਹੈ ਅਕਾਲ ਇਹਦੇ ਹੁਕਮ ਨੂੰ ਮੈਂ ਅਕਾਲ ਦਾ ਹੁਕਮ ਕਿਵੇਂ ਕਹਿੰਦਾ ਇਹਨੇ ਸੋਚਿਆ ਨਹੀਂ ਜਦੋਂ ਮਨ ਗੁੰਮਰਾਹ ਹੁੰਦਾ ਹੈ ਨਾ ਉਦੋਂ ਸੋਚ ਖਤਮ ਹੁੰਦੀ ਹੈ ਵਿਚਾਰ ਖਤਮ ਹੁੰਦੇ ਇਸੇ ਤਰ੍ਹਾਂ ਸੰਤ ਸ਼ਬਦ ਵੀ ਇਹਨੂੰ ਬੜਾ ਚੰਗਾ ਲੱਗਿਆ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੇਈ ਸੰਤ ਸੰਤ ਬੜਾ ਚੰਗਾ ਸ਼ਬਦ ਪਰ ਗੁੰਮਰਾਹ ਹੋ ਗਿਆ ਮਨੁੱਖ
नजायज वरतों शुरू हो गई। नायन ने अकाल पुरख बारे सोचिया भी जड़ी चीज दिसदी है सामने नजर आउंदी है वो कदी अकाल हो ही नहीं सकती, क्योंकि ये फैसला भी बाणी दा है जो दिस है सो सगल विनाश है वो बिनसदी, ते जड़ी चीज बिनसदी है खत्म होंदी है वो अकाल किवें होई। इक्को ही इस गल दी निशानी सी कसवटी सी वो सी ना बिनसना। अकाल दा मतलब सी ना बिनसन वाला, ते जड़ी चीज दिसदी है वो बिनसदी है, इसलिए ने सोचिया ही नहीं भी जिन्हें जिन्हों मैं अकाल दा नाम दे रहा वो ते दिसदा है दिसन वाला अकाल नहीं हो सकता। देखो अभी भी उस गुमराहपूर्ण प्रचार के अधीन असी जीव रहे हैं, साडे सामने ये लफज आ गया है कि सानू वो रब नहीं चाहिए जिहड़ा दिसे ना, अजे प्रचार हो रहा है जिहड़ा रब दिसदा ही नहीं उनकी पूजा क्यों करो, जिहड़ा रब दिसदा ही नहीं उनका सहारे लैके किन्नी देर जीओगे, जिहड़ा रब दिसदा ही नहीं उनके अगे अरदासा क्यों कर पाए हैं। इन्हें मतलब दिसन वाला रब होना चाहिए, दिसन वाला रब होना चाहिए। जिन्नी मूर्ति पूजा है ये तो दिसन वाली, किसी दिसन वाली चीज की तुम फोटो खिंच सकते हो, जिहड़ी दिसदी नहीं उनकी फोटो क्यों खिंचोगे। ये मूर्ति पूजा इतनी शुरू हुई है ये दिसन वाले रब तो शुरू हुई। सरगुण की उपासना जिनी शुरू हुई है ये सारी दिसन वाले रब तो शुरू हुई है। अवतारवाद जिन्ना शुरू होया है सारा दिसन वाले रब तो शुरू होया है। ते इसे लई मेरे मालिक ने श्री गुरु ग्रंथ साहब अंदर उन दिसन वाला रब नहीं चाहिए, वो अकाल पुरख वो अजूनी है, अजूनी वो हो ये जड़ा जन्म नहीं लेंदा, जिन्हू कोई बनाता नहीं, जिन्हू कोई करता नहीं, पत्थर ते कड़ा जिंदे सीने ते पैर रख के आप पिया उस मूर्ति नूं घड़दा है, ते मूर्ति नूं घड़न तो बाद जो मंदिर विच टिका दिंदा है उहनूं आखदा है भगवान है। जदों ते उहदे उत्ते पैर रख्या होया सी ते छैणी नाल ते हथौड़ी नाल तूं उहदी घड़त कर रहा सी, उहनूं तैनूं नहीं दस्सिया मैं भगवान नूं छैणी ते हथौड़ी नाल पिया घड़ना। जिस वेले उन्हें तू मंदिर में जाके टिका देता हो तो भगवान बन गए, पर मनुख ने बिल्कुल नहीं सोचा। हालांकि गुरु ने बाणी बंदर फैसला देता, मैं दोबारा बार बार कह दिया कि फैसले गुरु को लेने, गुरु ने बार बार क्यों आख्या जो पाथर को कहते देव ताकि नफल हुई सेव, जो पाथर की पाई पाए इसकी कहाल अजाई जाए। गुरु अखरे ने पाथर पूजे मोल ले मन हठ तीर्थ जाए, बाजारों मोल ले आंदा पत्थर दा भगवान रख लिया मंदिर विच हुणे भगवान बन गया। पर केड़ी अजीब गल ए, अज दी गल ते है नहीं, 500 साल तां सतगुरु नूं भी आखदे आ 550 साल हो गए ने, ते मनुखता नूं इस पत्थर दी पूजा करदियां नूं तां सदियां होर बीत गईयां ने, हजारां साल हो गए, हजारां सालां अंदर पत्थर नूं पूज पूज के मनुख दी सोच इन्नी पत्थरा गई कि यह सोच ही नहीं सकिया कि दिसन वाला रब नहीं होता। लो अज भी अजे इस एडवांस युग अंदर इस अगम संसार विच अज भी आख्या जा रहा है
ਕਿ ਦਿਸਣ ਵਾਲਾ ਰੱਬ ਚਾਹੀਦਾ ਹੈ। ਇੱਕ ਖਿਆਲ ਕਰਿਓ, ਜਿਸ ਦਿਨ ਅਸੀਂ ਇਸ ਫੈਸਲੇ ਤੇ ਪੁੱਜ ਗਏ ਨਾ ਵੀ ਦਿਸਣ ਵਾਲਾ ਮਨੁੱਖ ਹੀ ਰੱਬ ਹੋ ਸਕਦਾ ਹੈ, ਅਣਦਿਸਦਾ ਨਹੀਂ, ਉਸ ਦਿਨ ਦੁਨੀਆ ਭਰ ਦੇ ਪਾਪ ਸਭ ਰੱਬ ਕਰੇਗਾ, ਕਿਉਂਕਿ ਮਨੁੱਖ ਨੇ ਕਰਨੇ ਨੇ। ਦੁਨੀਆ ਦੇ ਵਿਚਾਰ, ਦੁਨੀਆ ਭਰ ਦੇ ਗੁਣਾਂ ਸਾਰੇ ਮਨੁੱਖ ਦੇ ਰੱਬ ਦੇ ਨਾਲ ਲੱਗਣਗੇ। ਮਨੁੱਖ ਤਾਂ ਆਪਣੇ ਆਪ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਹੈ ਕਿ ਮੈਂ ਗੁਣਾਂ ਕਰਾਂ ਤੇ ਰੱਬ ਦੇ ਨਾਲ ਲੱਗਣ। ਅਸਲ ਕਰਮੇ ਮੈਂ ਪਾਪ ਕਰਾਂ, ਗੁਨਾਹ ਕਰਾਂ ਤੇ ਲੋਕ ਆਖਣ ਰੱਬ ਨੇ ਕੀਤਾ, ਦਿਸਣ ਵਾਲਾ ਰੱਬ ਹੈ। ਹੁਣ ਇੱਥੇ ਕੀ ਹੈ, ਸੰਤ ਸ਼ਬਦ ਜਿਹੜਾ ਸੀ ਉਹਦਾ ਮਤਲਬ ਦਿਸਣ ਵਾਲਾ ਸੰਤ ਨਹੀਂ ਸੀ, ਕਿਉਂਕਿ ਭੇਖ ਜਿਹੜਾ ਹੈ ਉਹ ਹਮੇਸ਼ਾ ਦਿਸਣ ਵਾਲਾ ਹੁੰਦਾ ਹੈ। ਸੰਤ ਭੇਖ ਨਹੀਂ ਸੀ। ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੰਤ ਦੀ ਉਪਮਾ ਕੀਤੀ ਹੈ। ਜਿਸ ਸੰਤ ਦੀ ਉਪਮਾ ਕੀਤੀ ਹੈ ਨਾ, ਉੱਥੇ ਲਫ਼ਜ਼ ਕਹੇ ਨੇ ਕਿ ਮੈਂ ਤੁਹਾਨੂੰ ਨਿਸ਼ਾਨੀ ਦੱਸਣਾ ਸੰਤ ਕੀ ਹੈ। ਸੰਤ ਰਹਿਤ ਸੁਣੋ ਮੇਰੇ ਭਾਈ, ਦੁਨੀਆਂ ਦੇ ਲੋਕੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੰਤ ਕੀ ਹੁੰਦਾ ਹੈ। ਨਿਕਟ ਕਰ ਜਾਣੇ ਪ੍ਰਭ ਕਾ ਕੀਆ ਮੀਠਾ ਮਾਣੇ, ਇੱਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਛਾਣ। ਸਾਰੇ ਗੁਣ ਨੇ, ਸਾਰਾ ਸ਼ਬਦ ਪੜ੍ਹ ਲਓ, ਇਹ ਸੰਤ ਰਹਿਤ ਦੀ ਨਿਸ਼ਾਨੀ ਹੈ। ਸਾਰਾ ਸ਼ਬਦ ਪੜ੍ਹ ਲਓ, ਜੇ ਕਿਸੇ ਥਾਂ ਤੇ ਇਹ ਆਇਆ ਹੋਵੇ ਕਿ ਲੰਬੇ ਚੋਲੇ ਵਾਲਾ ਸੰਤ ਹੁੰਦਾ, ਸਾਰਾ ਸ਼ਬਦ ਪੜ੍ਹ ਲਓ, ਕਿਤੇ ਲਿਖਿਆ ਹੋਵੇ ਕਿ ਚਿੱਟੇ ਕੱਪੜਿਆਂ ਵਾਲਾ ਸੰਤ ਹੁੰਦਾ, ਸਾਰਾ ਸ਼ਬਦ ਪੜ੍ਹ ਲਓ, ਕਿਤੇ ਲਿਖਿਆ ਹੋਵੇ ਗੋਲ ਪੱਗ ਵਾਲਾ ਸੰਤ ਹੁੰਦਾ, ਜਿਹਦੇ ਹੱਥ ਵਿੱਚ ਮਾਲਾ ਫੜੀ ਹੋਵੇ, ਗਲ ਵਿੱਚ ਮਾਲਾ ਪਾਈ ਹੋਵੇ, ਉਹ ਸੰਤ ਹੁੰਦਾ, ਕਿਉਂਕਿ ਉਹ ਤਾਂ ਭੇਖ ਹੈ। ਭੇਖ ਦਿਸਣ ਵਾਲਾ ਹੁੰਦਾ, ਭੇਖ ਬਣਦਾ ਹੀ ਉਦੋਂ ਜਦੋਂ ਮਨੁੱਖ ਆਪਣਾ ਭੇਖ ਕਿਸੇ ਨੂੰ ਦਿਖਾਉਣਾ ਚਾਹੁੰਦਾ ਹੈ। ਸੰਤ ਸ਼ਬਦ ਨੂੰ ਭੇਖ ਦੇ ਪਰਦੇ ਵਿੱਚ ਲਿਆ ਕੇ ਲੋਕਾਂ ਅੰਦਰ ਗੁੰਮਰਾਹ ਕਰਨ ਵਾਸਤੇ ਇਸ ਸ਼ਬਦ ਨੂੰ, ਲਫ਼ਜ਼ ਨੂੰ ਵਰਤਿਆ ਗਿਆ। ਹਾਲਾਂਕਿ ਸੰਤ ਸ਼ਬਦ ਇੱਕ ਉੱਚੇ ਉਚੇਰੇ ਤੇ ਚੰਗੇ ਜੀਵਨ ਦਾ ਨਾਂ ਸੀ, ਨਿਰੇ ਗੁਣਾਂ ਦਾ ਸੰਗ੍ਰਹਿ ਸੀ। ਉਹ ਸ਼ਬਦ ਸਾਰਾ ਪੜ੍ਹ ਕੇ ਦੇਖ ਲਓ, ਸੰਤ ਰਹਿਤ ਸੁਣੋ ਮੇਰੇ ਭਾਈ, ਵਾ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾ ਕੇ ਕੇਵਲ ਨਾਮ, ਅੰਧ ਰੂਪ ਕੀਰਤਨ ਵਿਸਰਾਮ, ਮਿੱਤਰ ਸਤਰ ਜਾ ਕੇ ਏਕ ਸਮਾਨੇ, ਪ੍ਰਭ ਆਪਣੇ ਬਿਨ ਅਵਰ ਨਾ ਜਾ। ਸਾਰਾ ਸ਼ਬਦ ਪੜ੍ਹ ਲਓ, ਗੁਣਾਂ ਦਾ ਸੰਗ੍ਰਹਿ। ਜਿੱਥੇ ਭੇਖ ਦਾ ਮਸਲਾ ਆਇਆ ਨਾ, ਉੱਥੇ ਗੁਰੂ ਨੇ ਆਖਿਆ ਮੈਂ ਇਹਨੂੰ ਸੰਤ ਨਹੀਂ ਸਮਝਦਾ, ਜਿਹੜਾ ਦੁਨੀਆਂ ਦਾ ਮਨੁੱਖ ਭੇਖ ਸਰੀਰ ਦੇ ਉੱਤੇ ਧਾਰਨ ਕਰਕੇ ਸੰਤ ਬਣਿਆ ਹੋਇਆ। ਉਹ ਵੀ ਸ਼ਬਦ ਬਾਣੀ ਵਿੱਚ ਹੈ, ਗੁਰੂ ਕਹਿੰਦੇ ਗੱਲ ਸਾਡੇ ਤੇ ਤੇ ਧੋਤੀਆਂ, ਸਾਡੇ ਤਿੰਨ ਗਜ਼ ਦੀ ਧੋਤੀ, ਕਿਉਂਕਿ ਜਿਹੜਾ ਹਿੰਦੂ ਮਿਥਾਸ ਦੇ ਮੁਤਾਬਕ ਬਨਾਰਸ, ਕਿਉਂਕਿ ਉਹ ਉਦੋਂ ਤੋਂ ਅਜੇ ਤਾਂ ਆਪਣੇ ਤਾਂ ਸੰਤ ਸ਼ਬਦ ਹੀ ਨਹੀਂ ਹੈ ਰਿਹਾ ਨਹੀਂ ਸੀ, ਆਪਣੇ ਤਾਂ ਸੰਤ ਸ਼ਬਦ ਹੀ ਕੋਈ ਨਹੀਂ ਸੀ। ਉਹ ਸੰਤ ਸਾਧੂ ਉਦੋਂ ਬ੍ਰਾਹਮਣਾਂ ਵਿੱਚੋਂ ਸਨ, ਤੇ ਉਹਨਾਂ ਦੀਆਂ ਨਿਸ਼ਾਨੀਆਂ ਗੁਰੂ ਨੇ ਦੱਸੀਆਂ, ਕਹਿਣ ਲੱਗੇ ਗੱਲ ਸਾਡੇ ਤੇ ਤੇ ਧੋਤੀਆਂ, ਤੇਰੇ ਪਾਇਨ ਤੱਕ ਤੇਰੇ ਤਿੰਨ ਲੜੀ ਵਾਲੇ, ਤਿੰਨ ਧਾਗਿਆਂ ਵਾਲੇ, ਤਿੰਨ ਸੂਤਰਾਂ ਵਾਲੇ ਤੱਕ ਜਨੇਊ ਗਲ ਵਿੱਚ ਪਾ ਲੈਂਦੇ, ਸਾਢੇ ਤਿੰਨ ਗਜ਼ ਦੀ ਧੋਤੀ ਬੰਨ ਲੈਂਦੇ ਤੇ ਗਲ ਵਿੱਚ ਮਾਲਾ ਪਾ ਲੈਂਦੇ, ਹੱਥ ਵਿੱਚ ਬੜਾ ਚਮਕਦਾਰ ਲੋਟਾ ਗੜਵਾ ਫੜਿਆ ਹੁੰਦਾ, ਇਹ ਨਿਸ਼ਾਨੀ ਬਣ ਗਈ ਸਾਧ ਦੇ। ਗੁਰੂ ਨੇ ਕੀ ਆਖਿਆ, ਕਹਿਣ ਲੱਗੇ
गल साडे तै तै धोतिया तेरे पाए तंग करी जिना जप मालिया मारा लोटे हाथ ने मग लोग संत आखन लग पाए पर गुरु ने की आख्या ओए हर के संत ना किए अच्छा ओए हर के संत ना आखिए बनारस के ठग काशी बनारस हिंदू का तीर्थ है उत्थे संत ज्यादा है जिस कह लगे मैं बनारस ने संत नहीं बनारस दे ठग दिसदे क्योंकि भेख ते खड़े कह लगे ऐसे संत ना वो तो भाव है मैं ये जे संत नहीं चाहिए हुण तुसी सोचो गुरु तो भेखधारी संत नू बेपरद कर रहे हैं ते असी अज दे युग अंदर भी उस ही संत नू पूज रहे हैं साड़ी निगाह विच संत दी परिभाषा गुरु को लो नहीं सीखी सी अपनी मर्जी नाल निश्चित की थी गुरु कहते ने ऐसे संत ने मौको पावे डाला शोपेड़ा गटका लफज के नाल कह लगे एहो जे संत जेड़े किसे दरख्त दी टहनी नाल कोई फल लगा होवे फल तो भला तो लोग खांदे ने पर गुरु कहता है कहते मैनू ये नजर आता है भी वो संत ते जो किसी फल किसी टाणी फल लगा हो निरा फल खाना तो कितने रहो टाणी भी खा जाते ने पेड़ भी खा जाते दरख्त ही खा जाते जिस घर में दौलत वेखते ने ना फल लगा हुआ वो घर ही बर्बाद कर देंगे ऐसे संत ना मोको बावे डाला पाव डाली टन पेड़ा पाव पेड़ डाला सो पेड़ा गड़का हुआ टाणियां भी ते पेड़ दरख्त भी खा जाते निशानी नहीं छड़दे भी इह भी घर कदी जीउंदा सी गुरु कहिंदे ने असीं उहनूं संत समझी बैठे आ हूँ सोचियो श्री गुरु ग्रंथ साहब के फैसले असं क्यों कहने भरियो जे संसार के इस आराम बचना है तो श्री गुरु ग्रंथ साहब की अगवाई बहुत जरूरी बहुत जरूरी वैबसाइटा भरिया पी संत की अशद संत के नजरिए दुनिया के सामने बेपंद कर रहे हैं पर सब कुछ होने के बावजूद संत नूं ही पूज रहे क्यों पूज रहे क्योंकि उन्हें गोल पाक बनी हुई सानू पता ही नहीं श्री गुरु ग्रंथ साहब भेख नूं कहिंदा है कि वह शरीर दा शरीर हमेशा भेख हुंदा ही शरीर ते गुरु कहिंदे ने मैनू शरीर दा भेख बढ़ा के इस किस्म दा डाला सोपेडा गटकावे अगे लफज ने बासन मांग मांज चरावै उपर बासन कहिंदे ने बर्तना नूं भांडिया नूं भांडिया नूं मांज के आखदा मैं अपने लिए खाना बनाना है बासन मांज चरावै उपर काठी धोए जलावे मैनू बड़ी पवित्रता की लोड़ है मैं झूठ नूं नेड़े नहीं टुकण दिंदा ते इसलिए जेड़े लकड़ां नूं बाल के मैं भोजन बनाना है पहले उन्हें लकड़ा भी धोंदा है काठी काठी तो भाव काठ लकड़ा काठी धोए जलावे उन्होंने भी धो के जला इतने बस नहीं बसुदा खोद करे दोए चूल्हे धरती खोद के कहता नहीं उपरों उपरों धरती झूठी भी हो सकती पता नहीं इतने किसी ने विष्टन पीती हो इसलिए इन खोद के नीवी थां करके अपना चूल्हा बना कहता फिर कहता मैं इन्ना पवित्र भोजन छकना पर जो गुरु कहता मैं इन जीवन वाल देखना है तो पूरा पूरा मनुख ही हजम कर जाता सारा मन सिखावा
ਪੂਰਾ ਪੂਰਾ ਮਨੁੱਖ ਖਤਮ ਕਰ ਜਾਂਦਾ ਤੇ ਕਹਿੰਦਾ ਮੈਂ ਸੁੱਚਾ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛਾਂਗੇ ਤਦ ਅਸੀਂ ਬਚਾਂਗੇ ਇਸ ਪਖੰਡ ਤੋਂ ਕਿ ਦੁਨੀਆ ਦੀਆਂ ਨਿਰੀਆਂ ਗੱਲਾਂ ਵੈਬਸਾਈਟਾਂ ਤੇ ਕਰ ਕਰਕੇ ਬਚਾਂਗੇ। ਸਾਨੂੰ ਜ਼ਰੂਰਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੀ। ਹੁਣ ਬਾਬਾ ਕਬੀਰ ਜੀ ਦੇ ਅੱਜ ਦੇ ਦੋ ਸਲੋਕ ਨਾਲ ਨਾਲ ਬੜੇ ਸਪਸ਼ਟ ਸਨ। ਇੱਕ ਪਾਸੇ ਕਹਿਣ ਲੱਗੇ ਸੰਤ ਕੀ ਗੈਲ ਨਾ ਛੋੜੀਏ, ਜੇ ਕੋਈ ਸੰਤ ਹੋਵੇ ਜਿਹੜਾ ਦੇਹਧਾਰੀ ਨਹੀਂ ਸਿਧਾਂਤਧਾਰੀ ਸਰੀਰਧਾਰੀ ਨਹੀਂ, ਉਹ ਤਾਂ ਭੇਖ ਬਣਾਏਗਾ। ਕਹਿਣ ਲੱਗੇ ਮੈਨੂੰ ਤਾਂ ਸਰੀਰਧਾਰੀ ਰੱਬ ਵੀ ਨਹੀਂ ਚਾਹੀਦਾ ਜਿਹੜਾ ਆਖੇ ਕਿ ਇਹ ਮਨੁੱਖ ਹੀ ਸਰੀਰ ਹੈ, ਇਹ ਮਨੁੱਖ ਹੀ ਰੱਬ ਹੈ। ਕਹਿਣ ਲੱਗੇ ਨਹੀਂ, ਸੰਤ ਉਹ ਜਿਹਦੇ ਕੋਲ ਸਿਧਾਂਤ ਦਾ ਜੀਵਨ ਹੋਵੇ। ਇੱਕ ਪਾਸੇ ਕਹਿੰਦੇ ਨੇ ਕਬੀਰ ਸੰਤ ਕੀ ਗੈਲ ਨਾ ਛੋੜੀ ਹੈ, ਉਹਦਾ ਪਿੱਛਾ ਨਾ ਤਿਆਗ, ਉਹਦੇ ਪਿੱਛੇ ਪਿੱਛੇ ਤੁਰ, ਜਿਹੜੇ ਰਸਤਿਆਂ ਤੋਂ ਜਿਸ ਮਾਰਗ ਤੋਂ ਉਹ ਚੱਲੇ ਉਹ ਮਾਰਗ ਕਦੀ ਨਾ ਤਿਆਗੀ, ਕਿਉਂਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਹੈ। ਸੰਤ ਕੀ ਗੈਲ ਨਾ ਛੋੜੀ ਹੈ, ਮਾਰਗ ਲਾਗਾ ਜਾਓ। ਜੇ ਤੂੰ ਉਹਦੇ ਸਿਧਾਂਤ ਨੂੰ ਉਹਦੀ ਜੀਵਨ ਸ਼ੈਲੀ ਨੂੰ ਪ੍ਰਵਾਨ ਕਰ ਲੈ, ਉਹਨੂੰ ਵੇਖ ਲੈ ਤੇ ਉਸਦੀ ਜੀਵਨ ਸ਼ੈਲੀ ਅਪਣਾ ਲੈ, ਤੂੰ ਪਵਿੱਤਰ ਹੋ ਜਾਏਗਾ। ਤੇ ਉਹਦੀ ਜੀਵਨ ਸ਼ੈਲੀ ਆਪ ਦੱਸ ਦਿੱਤੀ ਸ਼ਬਦ ਵਿੱਚ, ਆਠ ਪੈਰ ਨਿਕਟ ਕਰ ਜਾਣੇ, ਮਿੱਤਰ ਸੁੱਤਰ ਜੋ ਕਹਿ ਇੱਕ ਸਮਨ ਹੈ, ਪ੍ਰਭ ਆਪਣੇ ਬਿਨ ਅਵਰ ਨ ਜਾਣੇ। ਕਹਿਣ ਲੱਗੇ ਬੇਖਤ ਹੀ ਪੁਨੀਤ ਹੋਏ ਭੇਟ ਜਪੀਏ ਨੌ। ਤੇ ਹੁਣ ਕਹਿਣ ਲੱਗੇ ਦੂਜੇ ਪਾਸੇ ਮੈਂ ਤੈਨੂੰ ਜ਼ਹਿਰ ਵੀ ਦੱਸ ਦੇਣਾ ਛੱਡ। ਇਸ ਲਈ ਦੋਨੋਂ ਚੀਜ਼ਾਂ ਮੂੰਹ ਸਾਹਮਣੇ ਰੱਖ ਦਿੱਤੀਆਂ, ਸਾਖਤ ਮਰੇ ਸੰਤ ਸਭ ਜੀਵ ਹੈ। ਕਹਿਣ ਲੱਗੇ ਜੀਵਨ ਤੋਂ ਜੀਵਨ ਮਿਲਦਾ ਹੈ, ਜਿਹੜਾ ਜੀਵਨ ਹੈ ਉਹ ਅਦਿੱਖ ਹੈ, ਸਰੀਰ ਜੀਵਨ ਨਹੀਂ, ਸਰੀਰ ਦੇ ਅੰਦਰ ਜੀਵਨ ਹੈ, ਸਰੀਰ ਦਿਸਦਾ ਹੈ, ਅੰਦਰ ਦਾ ਜੀਵਨ ਨਹੀਂ। ਮੈਂ ਤਾਂ ਕਈ ਵਾਰ ਰੁਕੀ ਵੀ ਜਿਸ ਵੇਲੇ ਮਰ ਜਾਂਦਾ ਮਨੁੱਖ, ਕਦੇ ਕਿਸੇ ਨੇ ਆਖਿਆ ਵੀ ਇਹਦਾ ਜੀਵਨ ਦਿਖਾਓ ਕਿੱਥੇ, ਉਹ ਤਾਂ ਅੰਦਰ ਸੀ ਚਲਾ ਗਿਆ। ਤੇ ਗੁਰੂ ਨੇ ਆਖਿਆ ਆਪਣੇ ਰਸਨਾ ਤੋਂ, ਕਹਿਣ ਲੱਗੇ ਸੰਤ ਜੀਵਨ ਦਾ ਨਾਂ ਹੈ, ਸੰਤ ਕਿਸੇ ਸਰੀਰ ਦਾ, ਸੰਤ ਕਿਸੇ ਭੇਖ ਦਾ ਨਾਂ ਨਹੀਂ। ਇਸ ਲਈ ਨਾ ਮੈਂ ਸੰਤ ਦੇ ਭੇਖ ਨੂੰ ਮੰਨਣਾ, ਨਾ ਮੈਂ ਸੰਤ ਦੇ ਸਰੀਰ ਨੂੰ ਮੰਨਣਾ। ਅਤੇ ਸਰੀਰ ਕਰਕੇ ਦੂਜੇ ਪਾਸੇ ਐਗਜ਼ਾਮਪਲ ਦਿੰਦੇ, ਕਹਿੰਦੇ ਨੇ ਉਹ ਜਿਹੜਾ ਸਾਕਤ ਹੈ ਉਹਦੀ ਨਿਸ਼ਾਨੀ ਕੀ ਹੈ। ਉੱਥੇ ਕਹਿੰਦੇ ਨੇ ਸੰਤ ਕੀ ਗੈਲ ਨਾ ਛੋੜੀਏ, ਕਬੀਰ ਸਾਗਤ ਸੰਗ ਨਾ ਛੋੜੀਏ, ਸਾਗਤ ਦਾ ਸੰਗ ਨਾ ਕਰ, ਉਹਦੇ ਨੇੜੇ ਨਾ ਬੈਠ, ਉਹਦੇ ਕਹਿੰਦੇ ਨੇ ਗੈਲ ਨਾ ਛੋੜੀਏ। ਬਾਣੀ ਅੰਦਰ ਬਾਰ ਬਾਰ ਇੱਕ ਗੱਲ ਨੂੰ ਦ੍ਰਿੜ ਕਰਾਇਆ ਗਿਆ ਹੈ, ਕਿਉਂ? ਕਿਉਂਕਿ ਸਾਕਤ ਦੀ ਨਿਸ਼ਾਨੀ ਕੀ ਹੈ, ਸਾਕਤ ਦੀ ਨਿਸ਼ਾਨੀ ਵੀ ਗੁਰੂ ਨੇ ਬਾਣੀ ਅੰਦਰ ਕਹਿੰਦੇ ਕਿ ਜੋ ਕੁਛ ਕਰੇ ਸਕਲ ਵਿਪਰੀਤ, ਸਾਕਤ ਕੀ ਐਸੀ ਹੈ ਰੀਤ, ਸਾਕਤ ਕੀ ਐਸੀ ਹੈ ਰੀਤ, ਜੋ ਕੁਛ ਕਰੇ ਸਗਲ ਵਿਪਰੀਤ, ਉਹ ਕਦੀ ਵੀ ਪ੍ਰੀਤ ਨਾਲ ਅੰਦਰੋਂ ਹਿਰਦੇ ਸ਼ੁੱਧ ਨਾਲ ਤੁਹਾਡੇ ਨੇੜੇ ਨਹੀਂ ਹੁੰਦਾ, ਧੋਖੇ ਨਾਲ ਹੁੰਦਾ ਹੈ। ਕਿਉਂਕਿ ਬਾਣੀ ਅੰਦਰ ਇਸੇ ਲਈ ਬਾਰ ਬਾਰ ਇੱਕ ਗੱਲ ਆਖ ਦਿੱਤੀ ਗਈ, ਸੰਤਨ ਕਾ ਦਾਨਾ ਰੁਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ ਛੱਤੀ ਪ੍ਰਕਾਰ ਸੋ ਬਿਖੂ ਸਮਾਨ। ਜੇ ਕਿਸੇ ਜੀਵਨ ਵਾਲੇ ਭਲੇ ਪੁਰਸ਼ ਦੇ ਘਰ ਤੈਨੂੰ ਰੁੱਖੀ ਰੋਟੀ ਮਿਲ ਜਾਏ, ਉਹ ਸਾਰੇ ਸਵਾਦ ਅਤੇ ਸਾਰੇ ਰਸ ਦੇ ਜਾਏਗੀ, ਪਰ ਸਾਕਤ ਪੁਰਸ਼ ਦੇ ਘਰ ਅੰਦਰ 36 ਪ੍ਰਕਾਰ ਦੇ ਭੋਜਨ ਹੋਣ ਤੇਰੇ ਖਾਣ ਲਈ, ਪਰ ਸਮਝੀ ਉਹ ਜ਼ਹਿਰ ਬਣ ਕੇ ਤੇਰੇ ਜੀਵਨ ਵਿੱਚ ਪ੍ਰਵੇਸ਼ ਕਰਨਗੇ। ਗ੍ਰਹਿ ਸਾਕਤ 36 ਪ੍ਰਕਾਰ ਸੋ ਬਿਖੂ ਸਮਾਨ।
भगजना का लुगरा और नगन न होई साकत सिरप और रेशमी पैरत पथ खोई। अगले पास कहने लगे एक गल समझ ले साकत स्यों मुख जोरी है अद बीचो टूटे क्योंकि साकत पुरुष की निशानी है वो हमेशा तेरे जीवन अंदर जहर खोलता है वो निभदी नहीं वो तेरे नाल मिठियां गल्लां करेगा पर अंदरों मिठा नहीं होएगा। बाबा फरीद ने भी एक थां ते बड़ी सुंदर गल आखी कहन लगे कन मुसल्ला सूफ गल दिल काती गुड़वात उस संत उस साल की वो फकीर की है कन पाप मोड़ देते मुसल्ला मुसल्ला रखिया उन्होंने जिहड़े दरवेश फकीर ने उन्हां दी निशानी भी जिहड़ी भेख करके है वो बाबा फरीद ने आखी कहन लगे कन मुसल्ला सूफ गल दिल काती अंदर दिल विच काती छुरी है काती दा मतलब छुरी दिल काती गुड़वात ते जिहड़ी बातां ने गलबात है वह गुड़ वर्गी मिठी है कन मसला सूफ गल दिल काती गुड़वात कहन लगे हालत यह है कि बाहर दिसै चानना दिल अंधेरी रात दिसन वाली चीज विच की फर्क है शरीर करके भेख करके बाहरों जिहड़ा दिसदा है वह तो चानन दिसदा है पर जदों मैं दे अंदरों वेखना अंधेरी रात अज्ञानता दी है यह हालत अज दे संत दी है। बाबा कबीर जी ने नसरोतां विचों दोवां चीज़ां नूं स्पष्ट कर दिता गया आख्या भरिया देखी किते मोबाइल ते विच पिया होया गुमराह होया होया भेख नूं ही ना पूजी जाई हो भेख ओ भेख तारी लोग ते ओह ने डाला सिउ पेंडा गड़कावे मेरा फल ही नहीं खाते तेरी दौलत ही नहीं हड़पते सारा जीवन ही बर्बाद कर जाते ने सतगुरु ने यो गल बाणी विच आखी कहन लगे सागत संग ना कीजिया कबीर सागत संग ना कीजिया दूर जाइए क्यों क्योंकि नेड़े बैठेगा तो इं ही है जिमें बासन कारो परसीए बासन का मतलब बर्तन जिमें काले बर्तन तवे जा होर ऐसी काली किसी चीज न कोई छोवे नेड़े बैठे तो दाग लगेगा ही दागी हो जाएगा कह लगे बासन कारो परसीए छोटी मार्ग
ਆਗਾਹ ਕਰੇ, ਜਿਹੜਾ ਖਤਰੇ ਤੋਂ ਬਚਾਏ। ਸਤਿਗੁਰ ਦੀ ਬਾਣੀ ਵਿੱਚ ਕਿਉਂ ਆਖਿਆ, ਸਤਿਗੁਰ ਮਿੱਤਰ ਮੇਰਾ ਬਾਲ ਸੁਖਾਈ, ਗੁਰੂ ਮੇਰਾ ਮਿੱਤਰ ਹੈ, ਹਰ ਖਤਰੇ ਤੇ ਮੋੜ ਤੋਂ ਮੈਨੂੰ ਬਚਾਉਂਦਾ ਹੈ। ਅੱਜ ਬਾਬਾ ਕਬੀਰ ਜੀ ਦੀ ਰਸਨਾ ਤੇ ਬੈਠ ਕੇ ਸਤਿਗੁਰੂ ਨੇ ਇੱਕ ਐਸੇ ਖਤਰੇ ਤੋਂ ਬਚਣ ਲਈ ਸਾਨੂੰ ਸੁਚੇਤ ਕੀਤਾ ਹੈ, ਜਿਹੜਾ ਸਾਨੂੰ ਚਾਰ ਚੁਫੇਰਿਓਂ ਘੇਰ ਕੇ ਬੈਠਾ ਹੈ। ਘਰ ਬਰਬਾਦ ਹੋ ਰਹੇ ਨੇ, ਪਿੰਡ ਬਰਬਾਦ ਹੋ ਰਹੇ ਨੇ, ਜੀਵਨ ਬਰਬਾਦ ਹੋ ਰਹੇ ਨੇ, ਲੱਖਾਂ ਦੀ ਤਾਦਾਦ ਵਿੱਚ ਲੋਕ ਉਸ ਜ਼ਹਿਰ ਨੂੰ ਇਕੱਠੇ ਪੈ ਪੀਂਦੇ ਨੇ। ਮੈਂ ਹੈਰਾਨ ਇਸ ਗੱਲ ਤੇ, ਜਦੋਂ ਕੋਈ ਦੇਹਧਾਰੀ ਭੇਖਧਾਰੀ ਸੰਤੇ ਕਹਿੰਦਾ ਅਸੀਂ ਇਹਨਿਆਂ ਨੂੰ ਅੰਮ੍ਰਿਤ ਛਕਾ ਦਿੱਤਾ, ਤੇ ਮੈਂ ਹੈਰਾਨ ਹੁੰਦਾ ਉਹਨਾਂ ਇਹਨਾਂ ਨੇ ਅੰਮ੍ਰਿਤ ਛਕਿਆ ਕਿ ਉਸ ਪਖੰਡ ਤੇ ਭੇਖ ਦੀ ਜ਼ਹਿਰ ਪੀਤੀ। ਇਕੱਠੇ ਬੈਠ ਕੇ ਜਿਹੜੇ ਮਨੁੱਖ ਦੀ ਪੂਜਾ ਕਰਦੇ ਨੇ, ਜਿਹੜੇ ਪਖੰਡ ਦੇ ਸਾਹਮਣੇ ਸਿਰ ਝੁਕਾਉਂਦੇ ਨੇ, ਜਿਹੜੇ ਸੱਚ ਨੂੰ ਨਹੀਂ ਪਛਾਣ ਸਕਦੇ, ਜਿਹੜੇ ਵਿਚਾਰ ਸ਼ਬਦ ਦੀ ਛੱਡ ਗਏ ਨੇ ਕਿ ਕੇਵਲ ਸਰੀਰ ਦੇ ਭੇਖ ਨੂੰ ਹੀ ਰੱਬ ਬਣਾਈ ਬੈਠੇ ਨੇ, ਉਹ ਤੇ ਮੰਨੋ ਇਹੋ ਹੀ ਨੇ, ਮੰਨੋ ਜਿਵੇਂ ਕਿਸੇ ਮੌਤ ਨੂੰ ਕੋਈ ਰੱਬ ਆਖੀ ਜਾਏ। ਜਿਵੇਂ ਮੈਂ ਹੁਣੇ ਅਰਜ਼ ਕੀਤੀ ਕਿ ਮਰ ਜਾਣ ਵਾਲੇ ਮਨੁੱਖ ਨੂੰ ਅਸੀਂ ਅਕਾਲ ਮੰਨ ਲਿਆ ਹੈ, ਮਰ ਜਾਣ ਵਾਲੇ ਮਨੁੱਖ ਨੂੰ ਅਸੀਂ ਸੰਤ ਮੰਨ ਲਿਆ, ਹਾਲਾਂਕਿ ਗੁਰੂ ਕਹਿ ਰਿਹਾ ਸੋਈ ਸੰਤ ਜੋ ਭਾਵੈ ਰਾਮ, ਸੰਤ ਗੋਬਿੰਦ ਕਾ ਨਿਸ਼ਾਨੀ ਉਹਦੀ ਕੀ ਹੈ, ਸੰਤ ਗੋਬਿੰਦ ਕਾ ਇੱਕੋ ਕਾਮ, ਕਰਮ ਤੇ ਨਿਰਭਰ ਹੈ, ਸਿਧਾਂਤ ਤੇ ਨਿਰਭਰ ਹੈ, ਸਰੀਰ ਤੇ ਭੇਖ ਤੇ ਨਿਰਭਰ ਨਹੀਂ। ਅੱਜ ਅਸੀਂ ਕੇਵਲ ਤੇ ਕੇਵਲ ਭੇਖ ਨੂੰ ਸੰਤ ਬਣਾ ਬੈਠੇ ਹਾਂ, ਉਹਦਾ ਨਤੀਜਾ ਇਹ ਹੈ ਕਿ ਹਰ ਭੇਖਧਾਰੀ ਤਰ੍ਹਾਂ ਤਰ੍ਹਾਂ ਦੇ ਭੇਖ ਬਣਾਏ, ਕਿ ਆਏ ਦਿਨ ਸਾਡੇ ਸਾਹਮਣੇ ਨਵੇਂ ਨਵੇਂ ਭੇਖ ਦੇ ਰੂਪ ਵਿੱਚ ਆ ਰਿਹਾ, ਜਿਹਨੂੰ ਅਸੀਂ ਪਛਾਣ ਨਹੀਂ ਸਕਦੇ, ਸਿਰ ਝੁਕਾਈ ਜਾਂਦੇ ਹਾਂ। ਗੁਰੂ ਬਖਸ਼ਿਸ਼ ਕਰੇ, ਸਾਨੂੰ ਸੁਚੇਤਤਾ ਬਖਸ਼ੇ ਕਿ ਅਸੀਂ ਇਸ ਖਤਰੇ ਤੋਂ ਆਪ ਬਚ ਕੇ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਬਚਾ ਕੇ ਕਿਸੇ ਮੰਜ਼ਿਲ 'ਤੇ ਪੁੱਜ ਸਕੀਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੱਕਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।